ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅੱਛਾ, ਅਗਲਾ ਜਿਹੜਾ ਸਵਾਲ ਹੈ ਮੇਰਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਮੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ, ਵੀਰ ਬਾਲ ਦਿਵਸ ਤੇ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਧਾਮੀ ਸਾਹਿਬ ਕਹਿੰਦੇ ਆ ਕਿ ਦੇਖੋ, ਸਿੱਖ ਧਾਰਮਿਕ ਭਾਵਨਾਵਾਂ ਨੂੰ ਤੁਸੀਂ ਨਾ ਭੜਕਾਓ, ਬੜੀ ਹਤਾਸ਼ ਹੁੰਦੀਆਂ ਨੇ। ਵੀਰ ਬਾਲ ਦਿਵਸ ਸਿੱਖ ਧਰਮ ਦੇ ਨਾਲ ਇਹਦਾ ਕੰਸੈਪਟ ਕੋਈ ਹੈ ਹੀ ਨੀਗਾ। ਤੁਸੀਂ ਜੇ ਰੱਖਣੀ ਆ ਅੰਤਰਰਾਸ਼ਟਰੀ ਪੱਧਰ ਤੇ ਸਾਹਿਬਜ਼ਾਦੇ ਨਾਂ ਤੇ, ਤਾਂ ਸਾਹਿਬਜ਼ਾਦਾ ਸ਼ਹਾਦਤ ਦਿਵਸ ਰੱਖੋ ਨਾ ਇਹਦਾ। ਇਹਦੇ ਠੀਕ ਹੈ ਨਾ, ਵੀਰ ਬਾਲ ਦਿਵਸ ਸਾਡੇ ਸਿੱਖ ਧਰਮ ਦੇ ਨਾਲ ਇਹਦਾ ਕੋਈ ਮਤਲਬ ਨਹੀਂ ਹੈਗਾ। ਉਹਨਾਂ ਚਿੱਠੀ ਲਿਖੀ ਲੰਬੀ ਚੌੜੀ, ਕਿਸੇ ਪਹਿਲਾਂ ਵੀ ਚਰਚਾ ਹੋ ਚੁੱਕੀ ਹੈ, ਪਹਿਲਾਂ ਵੀ ਗੱਲਬਾਤ ਇੱਦਾਂ ਦੀ ਹੁੰਦੀ ਰਹੀ ਹੈ ਕਿ ਜਦੋਂ ਮੋਦੀ ਜੀ ਨੇ ਕਿਹਾ ਸੀਗਾ ਵੀਰ ਬਾਲ ਦਿਵਸ ਰੱਖਣ ਜਾ ਰਹੇ ਹਾਂ ਅਸੀਂ ਨਾ ਉਹਨਾਂ ਦੇ ਦਿਨ ਦੇ ਉੱਪਰ, ਉਦੋਂ ਵੀ ਸਿੱਖ ਧਰਮ ਦੇ ਵਿੱਚ ਕਾਫੀ ਉਛਾਲ ਆਇਆ ਸੀਗਾ, ਉਦੋਂ ਵੀ ਰੌਲਾ ਪਿਆ ਸੀਗਾ। ਪਰ ਹੁਣ ਸਾਹਿਬਜ਼ਾਦਿਆਂ ਦਾ ਜੋ ਦਿਹਾੜਾ ਆ ਰਿਹਾ ਸ਼ਹਾਦਤ ਵਾਲਾ, ਜਿਹਨੂੰ ਸਭਾ ਕਹਿੰਦੇ ਹਾਂ ਆਪਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਹੁੰਦਾ, ਉਸ ਤੋਂ ਪਹਿਲਾਂ ਧਾਮੀ ਸਾਹਿਬ ਨੇ ਪੱਤਰ ਲਿਖਿਆ ਮੋਦੀ ਜੀ ਨੂੰ। ਉਹ ਕਹਿੰਦੇ ਆ ਕਿ ਇਹ ਨਾਂ ਰੱਖੋ ਤੁਸੀਂ, ਜੇ ਰੱਖਣਾ ਤਾਂ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖ ਦਿਓ ਨਾਂ, ਉਹਦੇ ਨਾਲ ਸਾਡੇ ਸਿੱਖਾਂ ਦੇ ਵਿੱਚ ਇੱਕ ਪ੍ਰੇਮ ਵਿਲਾਸ ਹੋਏਗਾ। ਪਰ ਹੁਣ ਇਹ ਵੀਰ ਬਾਲ ਦਿਵਸ ਵਾਲਾ ਸਾਡਾ ਕੰਸੈਪਟ ਠੀਕ ਨਹੀਂ ਹੈਗਾ। ਚਾਵਲਾ ਸਾਹਿਬ, ਲਾਰਸ ਬਿਸਨੋਈ ਨੂੰ ਮੁਕਤਸਰ ਦੀ ਪੁਲਿਸ ਨੂੰ ਦਿੱਤਾ ਦਿੱਲੀ ਦਾ ਪਟਿਆਲਾ ਹਾਊਸ ਕੋਰਟ ਤੇ ਟ੍ਰਾਂਜ਼ਿਟ ਰਿਮਾਂਡ, ਕੀ ਕਹਿਣਾ ਚਾਹੋ? ਚਾਵਲਾ ਸਾਹਿਬ, ਕੋਈ ਇਹਦਾ ਫੋਰਸੀ ਦਾ ਮਾਮਲਾ ਸੀਗਾ ਮੁਕਤਸਰ ਦੇ ਵਿੱਚ, ਕੋਈ ਲਾਰਸ ਬਿਸਨੋਈ ਤੇ ਦੋ ਸੀਗਾ ਇਲਜ਼ਾਮ ਸੀ। 2021 ਦਾ ਮਾਮਲਾ ਹੈਗਾ ਹੈ ਤੇ 21 ਦੇ ਵਿੱਚ ਕੋਈ ਫਰੌਤੀ ਮੰਗੀ ਸੀ ਉਹਨਾਂ ਨੇ ਕਿ ਉਹ ਕਾਫੀ ਵੱਡਾ ਕੇਸ ਸੀਗਾ ਤੇ ਉਸ ਸੰਦਰਭ ਵਿੱਚ ਨਾ ਜਦੋਂ ਨਾ NIA ਨੇ ਨਾ ਪੁੱਛ ਗਿੱਛ ਕੀਤੀ ਸੀਗੀ ਇਹ ਤੋਂ, ਉਹ ਲੈ ਗਈ ਸੀ NIA ਲਾਰਸ ਬਿਸਨੋਈ ਦਿੱਲੀ ਵਿੱਚ ਲੈ ਗਈ ਸੀ, ਉੱਥੇ ਪੁੱਛ ਗਿੱਛ ਕੀਤੀ ਹੈ, ਪੁੱਛ ਗਿੱਛ ਦਾ ਕੰਮ ਖਤਮ ਹੋ ਗਿਆ ਸੀਗਾ। ਅੱਜ ਫਿਰ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ ਉਹਨੂੰ ਤੇ ਨਾਲ ਹੀ ਖੜੀ ਸੀ ਫਿਰ ਪੰਜਾਬ ਦੀ ਪੁਲਿਸ। ਪੰਜਾਬ ਦੀ ਪੁਲਿਸ ਨੇ ਆਪਣੀ ਅਰਜ਼ੀ ਦਿੱਤੀ ਆ ਕਿ ਲਾਰਸ ਬਿਸਨੋਈ ਨੂੰ ਚਾਹੀਦਾ, ਕਿਉਂਕਿ ਫਰੌਤੀ ਦੇ ਮਾਮਲੇ ਦੇ ਵਿੱਚ ਸਾਨੂੰ ਇਹਦੀ ਲੋੜ ਹੈਗੀ ਆ। ਤੇ ਬੇਸ਼ੱਕ ਲਾਰਸ ਬਿਸਨੋਈ ਦੇ ਵਕੀਲ ਨੇ ਉੱਥੇ ਵਿਰੋਧਤਾ ਕੀਤੀ ਆ ਕਿ ਦੇਖੋ ਜੀ, ਲਾਰਸ ਬਿਸਨੋਈ ਇਹਨਾਂ ਕੋਲੇ ਹੁਣ 2021 ਦਾ ਮਾਮਲਾ ਹੈਗਾ, ਤਿਹਾੜ ਜੇਲ੍ਹ 'ਚ ਬੰਦ ਸੀਗਾ ਲਾਰਸ, ਇਹਨਾਂ ਨੇ ਉਸ ਟਾਈਮ ਮੰਗ ਨਹੀਂ ਕੀਤੀ ਟ੍ਰਾਂਜਿਟ ਦੀ, ਉਸ ਟਾਈਮ ਲਿਆ ਕੇ ਮੰਗ ਕਰ ਸਕਦੇ ਸੀਗੇ। ਫਿਰ ਇਹ ਬੰਦਾ ਪੰਜਾਬ ਦੇ ਵਿੱਚ ਕਾਫੀ ਸਮਾਂ ਰਿਹਾ, ਉਸ ਟਾਈਮ ਮੰਗ ਨਹੀਂ ਕੀਤੀ ਇਹਨਾਂ ਨੇ। ਫਿਰ ਇਹ ਉਸ ਤੋਂ ਬਾਅਦ ਆਪਣਾ ਜੇਲ੍ਹ 'ਚ ਰਿਹਾ ਬਠਿੰਡਾ 1 ਮਹੀਨਾ, ਉਸ ਟਾਈਮ ਮੰਗ ਨਹੀਂ ਕੀਤੀ। ਆਹ ਹੁਣ ਅਚਾਨਕ ਹੀ ਜਿਹੜਾ ਹੈਗਾ ਸਿਆਸਤ ਨੂੰ ਗਰਮਾਉਣ ਵਾਸਤੇ ਉੱਥੇ, ਕਿਉਂਕਿ ਜਿਹੜਾ ਪੰਜਾਬ ਦੀ ਸਰਕਾਰ ਹੈਗੀ ਆ ਕਈ ਮੁੱਦਿਆਂ 'ਚ ਉਲਝੀ ਹੋਈ ਆ, ਉਹ ਮੁੱਦਿਆਂ ਨੂੰ ਭਟਕਾਉਣ ਵਾਸਤੇ ਉਹਨਾਂ ਨੇ ਮੁੜ ਕੇ ਲਾਰਸ ਬਿਸਨੋਈ ਦਾ ਇਹ ਟ੍ਰਾਂਜਿਟ ਰਿਮਾਂਡ ਮੰਗਿਆ ਹੈਗਾ। ਇਸ ਕਰਕੇ ਨਾ ਦਓ ਤੁਸੀਂ ਉਹ, ਪਰ ਉਹ ਕਹਿੰਦੀ ਆ ਕੋਰਟ ਕੇਸ ਉਹ ਦੇਣਾ ਪੈਣਾ, ਕਿਉਂਕਿ ਟ੍ਰਾਂਜਿਟ ਰਿਮਾਂਡ ਤਾਂ ਕੋਈ ਵੀ ਲਾ ਕੇ ਲੈ ਸਕਦਾ ਭਾਰਤ ਵਿੱਚ, ਲੈਣ ਦਾ ਹੱਕਦਾਰ ਰਹਿ ਗਿਆ, ਦੇਣਾ ਪੈਣਾ। ਪਰ ਨਾਲ ਵਕੀਲ ਨੇ ਕਿਹਾ ਦਓਗੇ ਫਿਰ ਘੱਟ ਤੋਂ ਘੱਟ 50 ਤੋਂ 52 ਬੰਦੇ ਇਹਦੇ ਸੁਰੱਖਿਆ ਵਿੱਚ ਜਾਣ, 12 ਗੱਡੀਆਂ ਦੇ ਆਲੇ ਦੁਆਲੇ ਘੁੰਮਣ ਆਲੇ ਦੁਆਲੇ ਹੋਣ, ਤੇ ਇਹਦੀ ਜਿਹੜੀ ਬਖਤਰਬੰਦ ਗੱਡੀ ਹੋਵੇ ਇਹਨੂੰ ਪੂਰਾ ਹੱਥ ਦੇ ਵਿੱਚ ਲੈ ਕੇ ਜਾਓ, ਤਾਂ ਕਿ ਇਹਦੇ ਰਸਤੇ ਵਿੱਚ ਕੋਈ ਅਟੈਕ ਨਾ ਹੋਵੇ। ਤੇ ਉਸ ਜੇਲ੍ਹ ਦੇ ਵਿੱਚ ਤਾਂ ਵੈਸੇ ਸੁੱਖ ਸਹੂਲਤਾਂ, ਤੇ ਜੇ ਗੋਲਡੀ ਬਰਾੜ ਆ ਜਾਂਦਾ ਤਾਂ ਫਿਰ ਇੰਨੀ ਉਹਨੂੰ ਸਿਕਿਉਰਿਟੀ ਬੱਲੇ ਬੱਲੇ ਆ, ਤਾਂ ਫਿਰ AZ ਸਿਕਿਉਰਿਟੀ ਹੋ ਗਈ ਇਹਨੀ, ਤੇ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਵੀ ਮੇਰੇ ਖਿਆਲ 'ਚ ਆਮ ਰੈਗੂਲਰ ਨਹੀਂ ਹੋਣੀ ਜਿੰਨੀ ਇਹਨਾਂ ਨੂੰ ਪੇਸ਼ੀ ਮੌਕੇ ਮਿਲਣੀ ਹੈ। ਖੈਰ, ਕੁਇਕਲੀ ਵਾਈਂਡ ਅਪ ਕਰਨਾ, 2 ਬਿਜ਼ਨਸਮੈਨਾਂ ਦੇ ਸੁਨੇਹੇ ਬੜੇ ਜ਼ਰੂਰੀ ਨੇ। ਮਾਨਸਾ ਪੁਲਿਸ ਵੱਲੋਂ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਪੁੱਛਗਿੱਛ, ਕੀ ਕਹਿਣਾ ਚਾਹੋ? ਹਾਂ ਚਾਵਲਾ ਸਾਹਿਬ, ਬੱਬੂ ਮਾਨ ਅਸਲ 'ਚ ਕੱਲ੍ਹ ਤੋਂ ਚਰਚਾ ਚੱਲ ਰਹੀ ਸੀ ਬਹੁਤ ਜ਼ਿਆਦਾ ਇਹ, ਕਿ ਬੱਬੂ ਮਾਨ, ਮਨਕੀਰਤ ਔਲਖ, ਮਨਕੀਰਤ ਔਲਖ ਤੇ ਮਿੱਡੂ ਖੇੜਾ ਵਰਗੇ ਕਲਾਕਾਰਾਂ ਤੋਂ ਉੱਥੇ ਹੋਰ ਬਹੁਤ ਸਾਰੇ ਪ੍ਰੋਡਿਊਸਰ ਹੈਗੇ, ਉਹਨਾਂ ਤੋਂ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ, ਤੇ ਉਹ ਅੱਜ ਬੁਲਾ ਲਏ ਆ। ਬੱਬੂ ਮਾਨ ਵੀ ਪਹੁੰਚਿਆ ਉੱਥੇ, ਮਨਕੀਰਤ ਔਲਖ ਵੀ ਪਹੁੰਚਿਆ ਉੱਥੇ, ਅੰਦਰ ਕੀ ਪੁੱਛਗਿੱਛ ਕੀਤੀ ਆ ਪਤਾ ਨਹੀਂ ਲੱਗਿਆ ਜੀ, ਕਿ ਨਾ ਤਾਂ ਬੱਬੂ ਮਾਨ ਨੇ ਕੁਛ ਕਿਹਾ, ਨਾ ਮਨਕੀਰਤ ਔਲਖ ਨੇ ਕੁਛ ਕਿਹਾ, ਨਾ ਪੁਲਿਸ ਨੇ ਕੁਛ ਕਿਹਾ। ਪਰ ਅੱਜ ਉਹ ਕਾਫੀ ਟਾਈਮ ਮਾਨਸਾ ਪੁਲਿਸ ਦੇ ਕੋਲ ਆਪਣੀਆਂ ਮਹਿੰਗੀਆਂ ਗੱਡੀਆਂ ਲੈ ਕੇ ਗਏ ਨੇ, ਤੇ ਉੱਥੇ ਜਾ ਕੇ ਉਹਨਾਂ ਨੂੰ ਸਿੱਧੂ ਮੂਸੇਵਾਲੇ ਦੇ ਬੱਬੂ ਮਾਨ ਦੇ ਇਹਨਾਂ ਦੀ ਆਪਸੀ ਜਿਸ ਤਰੀਕੇ ਦੇ ਨਾਲ ਟ੍ਰੋਲਿੰਗ ਹੋਈ, ਉਦੋਂ ਬਾਅਦ ਇਹਨਾਂ ਦੀ ਆਪਸੀ ਚ ਵਖਰੇਵੇ ਨੇ, ਪਰ ਬੱਬੂ ਮਾਨ ਨੇ ਦੁੱਖ ਜ਼ਰੂਰ ਮਨਾਇਆ ਸੀਗਾ ਇਸ ਕਲਾਕਾਰ ਦੀ ਮੌਤ ਦੇ ਉੱਤੇ। ਮਨਕੀਰਤ ਔਲਖ ਚਰਚਾ ਦੇ ਵਿੱਚ ਹੈ ਕਿਉਂਕਿ ਜੇਲ੍ਹ ਦੇ ਵਿੱਚ ਜਦੋਂ ਉਹਨੇ ਅਖਾੜਾ ਬਾਹਰ ਦੇ ਵਿੱਚ ਲਾਇਆ ਅਤੇ ਉਹਦੇ ਵਿੱਚ ਚਰਚਾ ਜਿਹੜੀ ਉਹਦੀ ਟਵਿੱਟਰ ਹੈਂਡਲ 'ਤੇ ਕਾਫੀ ਹੁੰਦੀ ਰਹੀ ਹੈ। ਸੋ ਅੱਗੇ ਕੀ ਸੱਚਾਈ ਹੈ ਤਾਂ ਜਿਹੜੀ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਵੇਗੀ, ਪਰ ਅਸੀਂ ਇੱਥੇ ਵਾਈਂਡ ਅਪ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਰਾਤ ਨੂੰ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।